वाहिगुरु जी का खालसा वाहिगुरु जी की फतेह। अज माता खीवी जी सेवा सोसाइटी वालों एक उपराला किया गया है जिसके तहत माता खीवी जी चैरिटेबल डिस्पेंसरी का उद्घाटन जो साडे बहुत ही सत्कारयोग सिंह साहब ज्ञानी रघवीर सिंह जी जथेदार तखत श्री केसगढ़ साहब वालों किया गया है। इस चैरिटेबल डिस्पेंसरी के बहुत ही नाम मात्र 20 रुपए की फीस के माहर डॉक्टर वालों दवाई भी जो है एक दिन की नाल फ्री दी जाएगी। अपने वालों सोसायटी वालों पूरी कोशिश की है कि जो बच्चों तो लैके तो बजुर्गों तक की हर तरह की दवाई जी है वह इस 20 रुपए के ही संगतों को उपलब्ध कराई जाए ता जो करोना महामारी के दौरान लोग इस वेले दो वक्त की रोटी तो वादर हो रहे हैं उन्होंने दवाइया एटलीस्ट कितने ना जूझना पे। सो साड़ी एक छोटी जी कोशिश है कि लोगों की जी मेडिसिन की जरूरत है वो अस इकनोमिनल की कोर्स के पूरी कर सकी। वाहगुरु जी का खालसा वाहगुरु जी की खालसा वाहगुरु जी की फतेह। सतगुरु जी की पावन बाणी का वचन है, रोगी का प्रखंडो रोग, दुखीए का मिटावो प्रभ सोग, निथावे कहो तू थान बैठावो, दास अपने कहो भगती लावो। ਸੋਡੀ ਸੁਲਤਾਨ ਸਤਿਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੀ ਵਸਾਈ ਹੋਈ ਪਵਿੱਤਰ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਗੁਰੂ ਅੰਗਦ ਦੇਵ ਨਿਵਾਸ ਜਿਸ ਦੇ ਸੰਚਾਲਕ ਸਰਦਾਰ ਸਤਨਾਮ ਸਿੰਘ ਜੀ ਸਲੂਜਾ ਔਰ ਭੈਣ ਜੀ ਪਰਮਜੀਤ ਕੌਰ ਪਿੰਕੀ ਜੀ ਨੇ ਜੋ ਹੋਰ ਵੀ ਧਰਮ ਦੀਆਂ ਔਰ ਸਮਾਜ ਦੀਆਂ ਸੇਵਾਵਾਂ ਬਹੁਤ ਨਿਸ਼ਠਾ ਦੇ ਨਾਲ ਕਰਦੇ ਰਹਿੰਦੇ ਨੇ। ਇੱਕ ਬਹੁਤ ਵਧੀਆ ਉਪਰਾਲਾ ਉਹਨਾਂ ਨੇ ਲੋੜਵੰਦਾਂ ਦੀ ਜ਼ਰੂਰਤ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਕੀਤਾ ਕਿ ਜੋ ਗੁਰੂ ਅੰਗਦ ਦੇਵ ਨਿਵਾਸ ਉਹ ਚਲਾ ਰਹੇ ਨੇ ਉੱਥੇ ਮਾਤਾ ਖੀਵੀ ਜੀ ਚੈਰੀਟੇਬਲ ਡਿਸਪੈਂਸਰੀ ਦਾ ਅੱਜ ਸ਼ੁਭ ਜਿਹੜੀ ਸੀ ਆਰੰਭਤਾ ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਬਾਣੀ ਪੜ੍ਹ ਕੇ ਅਤੇ ਕੀਤੀ ਗਈ ਹੈ ਜਿਸ ਵਿੱਚ ਬਹੁਤ ਹੀ ਨਾ ਮਾਤਰ ਡਾਕਟਰ ਦੀ ਫੀਸ ਸਮੇਤ ਦਵਾਈ ਲੈ ਕੇ ਅਤੇ ਜਿਹੜੇ ਲੋੜਵੰਦ ਮਰੀਜ਼ ਨੇ ਉਹਨਾਂ ਦਾ ਇਲਾਜ ਜਿਹੜਾ ਉਹ ਕੀਤਾ ਜਾਣਾ। ਅੱਜ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਕੇ ਮਾਤਾ ਖੀਵੀ ਦੀ ਚੈਰੀਟੇਬਲ ਡਿਸਪੈਂਸਰੀ ਦੀ ਆਰੰਭਤਾ ਕੀਤੀ ਗਈ ਹੈ। ਗੁਰੂ ਚਰਨਾਂ ਵਿੱਚ ਅਰਦਾਸ ਹੈ ਕਿ ਸਤਿਗੁਰੂ ਜੀ ਇਹਨਾਂ ਸਾਰੇ ਪ੍ਰਬੰਧਕ ਸਾਹਿਬਾਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਸਹਿਯੋਗੀਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਔਰ ਜੋ ਵੀ ਇਹ ਮਨੁੱਖਤਾ ਦੀ ਸੇਵਾ ਵਾਸਤੇ ਉਪਰਾਲਾ ਕੀਤਾ ਇਹ ਸਤਿਗੁਰੂ ਸਾਹਿਬ ਜੀ ਆਪ ਹੀ ਕਿਰਪਾ ਕਰਕੇ ਨਿਭਾ ਲੈਣ। ਜੋ ਆਵੇ ਸੋ ਰਾਜੀ ਜਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਿੰਘ ਸਾਹਿਬ ਜੀ, ਕਰੋਨਾ ਮਹਾਮਾਰੀ ਦਾ ਪ੍ਰਕੋਪ ਚੱਲਦਾ ਪਿਆ, ਇਸ ਦੌਰਾਨ ਇਹੋ ਜਿਹੀ ਡਿਸਪੈਂਸਰੀ ਖੁੱਲ੍ਹਣਾ ਕਿੰਨਾ ਕੁ ਚੰਗਾ ਸਮਝਦੇ ਹੋ? ਇਹ ਬਹੁਤ ਚੰਗਾ ਉਪਰਾਲਾ ਹੈ ਕਿਉਂਕਿ ਬਹੁਤ ਮਹਿੰਗੇ ਇਲਾਜ ਜੋ ਲੋਕ ਅਸਮਰੱਥ ਨੇ ਉਹ ਨਹੀਂ ਕਰਵਾ ਸਕਦੇ ਅਤੇ ਉਹਨਾਂ ਦੀ ਜ਼ਰੂਰਤ ਨੂੰ ਹੀ ਮੁੱਖ ਰੱਖਦਿਆਂ ਹੋਇਆਂ, ਲੋੜਵੰਦਾਂ ਦੀ ਜ਼ਰੂਰਤ ਨੂੰ ਹੀ ਮੁੱਖ ਰੱਖਦਿਆਂ ਹੋਇਆਂ ਜਿਹੜਾ ਇਹ ਉਪਰਾਲਾ ਕੀਤਾ ਗਿਆ ਹੈ। ਅੱਜ ਗੁਰੂ ਅੰਗਦ ਦੇਵ ਨਿਵਾਸ ਜੀ ਵਿਖੇ ਜੋ ਇਹ ਡਿਸਪੈਂਸਰੀ ਖੋਲ੍ਹੀ ਗਈ ਹੈ ਇਹ ਉਹਨਾਂ ਦੀ ਜ਼ਰੂਰਤ ਨੂੰ ਮਹਿਸੂਸ ਕਰਦਿਆਂ ਹੋਇਆਂ ਹੀ ਖੋਲ੍ਹੀ ਗਈ ਹੈ। ਔਰ ਇਹਦੀ ਮੈਂ ਕਹਿੰਦਾ ਕਿ ਹੋਰ ਵੀ ਸੰਸਥਾਵਾਂ ਨੂੰ ਐਸੇ ਉਪਰਾਲੇ ਜਿਹੜੇ ਉਹ ਕਰਨੇ ਚਾਹੀਦੇ ਤਾਂ ਕਿ ਲੋੜਵੰਦ ਮਰੀਜ਼ ਜਿਹੜੇ ਨੇ ਉਹ ਆਪਣੀ ਜ਼ਰੂਰਤ ਮੁਤਾਬਕ ਦਵਾਈਆਂ ਜਿਹੜੀਆਂ ਨੇ ਉਹ ਸਸਤੀਆਂ ਔਰ ਵਧੀਆ ਲੈ ਸਕਣ। ਕਰੋਨਾ ਮਹਾਮਾਰੀ ਦਾ ਪ੍ਰਕੋਪ ਚੱਲਦਾ ਹੈ, ਸੰਗਤ ਨੂੰ ਕੀ ਅਪੀਲ ਕਰਨਾ ਚਾਹੁੰਦੇ? ਕਰੋਨਾ ਮਹਾਂਮਾਰੀ ਦਾ ਪ੍ਰਕੋਪ ਚੱਲਦਾ ਜਿਵੇਂ ਸਰਕਾਰ ਹਦਾਇਤਾਂ ਕਰਦੀ ਹੈ, ਸਿਹਤ ਵਿਭਾਗ ਹਦਾਇਤਾਂ ਕਰਦਾ, ਸਾਨੂੰ ਸਿਹਤ ਵਿਭਾਗ ਦਾ ਜਿਹੜਾ ਪਾਲਣ ਹੈ ਉਹ ਜ਼ਰੂਰ ਕਰਨਾ ਚਾਹੀਦਾ। ਆਪਣੀ ਸਿਹਤ ਦਾ ਖਿਆਲ ਸਾਨੂੰ ਸਾਰਿਆਂ ਨੂੰ ਜ਼ਰੂਰ ਰੱਖਣਾ ਚਾਹੀਦਾ।